ਅੱਜ ਦਾ ਜਿਹੜਾ ਰਾਈਟਿੰਗ ਟਾਸਕ 2 ਹੈ ਉਹਦਾ ਹੈਡਿੰਗ ਹੈ ਸਮ ਪੀਪਲ ਥਿੰਕ ਦੈਟ ਡਿਵੈਲਪਡ ਕੰਟਰੀਜ਼ ਹੈਵ ਅ ਹਾਇਰ ਰਿਸਪੋਂਸੀਬਿਲਿਟੀ ਟੂ ਕੰਬਾਟ ਕਲਾਈਮੇਟ ਚੇਂਜ ਦੈਨ ਡਿਵੈਲਪਿੰਗ ਕੰਟਰੀਜ਼। ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਡਿਵੈਲਪਡ ਕੰਟਰੀਜ਼ ਅਤੇ ਡਿਵੈਲਪਿੰਗ ਕੰਟਰੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ। ਡਿਵੈਲਪਡ ਦਾ ਮਤਲਬ ਹੈ ਜੋ ਆਲਰੇਡੀ ਡਿਵੈਲਪ ਹੋ ਚੁੱਕੀਆਂ ਨੇ, ਡਿਵੈਲਪਿੰਗ ਕੰਟਰੀਜ਼ ਉਹ ਹੁੰਦੀਆਂ ਜੋ ਹਜੇ ਡਿਵੈਲਪ ਕਰ ਰਹੀਆਂ ਨੇ। ਤਾਂ ਇਸ ਲਾਈਨ ਦੀ ਜੋ ਪੰਜਾਬੀ ਹੈ ਉਹ ਹੈ ਕਿ ਕੁਛ ਲੋਕ ਇਹ ਸੋਚਦੇ ਹੈ ਕਿ ਜਿਹੜੀਆਂ ਕੰਟਰੀਜ਼ ਆਲਰੇਡੀ ਡਿਵੈਲਪ ਹੋ ਚੁੱਕੀਆਂ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ ਕਿ ਉਹ ਸਾਹਮਣਾ ਕਰਨ ਕਲਾਈਮੇਟ ਚੇਂਜ ਦਾ। ਕਿਹਨਾਂ ਨਾਲੋਂ? ਡਿਵੈਲਪਿੰਗ ਕੰਟਰੀਜ਼ ਨਾਲੋਂ, ਯਾਨੀ ਕਿ ਜਿਨ੍ਹਾਂ ਦੀ ਰਿਸਪੋਂਸੀਬਿਲਿਟੀ ਜ਼ਿਆਦਾ ਹੈ ਉਹ ਕਿਹਨਾਂ ਦੀ ਹੈ? ਡਿਵੈਲਪਡ ਕੰਟਰੀਜ਼ ਦੀ ਹੈ। ਕਲਾਈਮੇਟ ਚੇਂਜ ਹੋ ਰਿਹਾ, ਇਹਦੇ ਬਹੁਤ ਸਾਰੇ ਕਾਰਨ ਹੈ। ਗਲੋਬਲ ਵਾਰਮਿੰਗ ਵੱਧ ਰਹੀ ਹੈ, ਪਾਪੂਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ, ਰਾਈਟ? ਕਾਫੀ ਸਾਰੇ ਕਾਰਨ ਹੈ, ਆਪਾਂ ਡਿਸਕਸ ਕਰਾਂਗੇ ਅੱਗੇ। ਅਦਰਸ ਬਿਲੀਵ ਦੈਟ ਆਲ ਕੰਟਰੀਜ਼ ਸ਼ੁੱਡ ਹੈਵ ਦ ਸੇਮ ਰਿਸਪੋਂਸੀਬਿਲਿਟੀਜ਼ ਟੂਵਰਡਸ ਪ੍ਰੋਟੈਕਟਿੰਗ ਇਨਵਾਇਰਮੈਂਟ। ਕੁਛ ਲੋਕ ਇਸ ਚੀਜ਼ 'ਤੇ ਵਿਸ਼ਵਾਸ ਕਰਦੇ ਹੈ ਕਿ ਸਾਰੀ ਹੀ ਕੰਟਰੀਜ਼ ਦੀ ਸੇਮ ਰਿਸਪੋਂਸੀਬਿਲਿਟੀ ਹੋਣੀ ਚਾਹੀਦੀ ਹੈ ਇਨਵਾਇਰਮੈਂਟ ਨੂੰ ਸੁਰੱਖਿਅਤ ਕਰਨ ਦੀ। ਡਿਸਕਸ ਬੋਥ ਦੀਸ ਵਿਊਜ਼ ਐਂਡ ਗਿਵ ਯੂਅਰ ਓਨ ਓਪੀਨੀਅਨ। ਦੋਨੋਂ ਵਿਊਜ਼ ਅਸੀਂ ਡਿਸਕਸ ਕਰਨੇ ਹੈ ਅਤੇ ਆਪਣਾ ਵਿਊ ਦੇਣਾ। ਅਸੀਂ ਇਹਦੇ 'ਚ ਦੋਨੋਂ ਵਿਊਜ਼ ਤਾਂ ਡਿਸਕਸ ਕਰਾਂਗੇ ਹੀ, ਲੇਕਿਨ ਦੋਨੋਂ ਵਿਊਜ਼ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਇੱਕ ਰੀਜ਼ਨਸ ਦਾ ਵੀ ਪੈਰਾ ਗ੍ਰਾਫ ਬਣਾਵਾਂਗੇ ਕਿ ਜਿਹੜਾ ਕਲਾਈਮੇਟ ਚੇਂਜ ਹੈ ਉਹ ਕਿਉਂ ਹੋ ਰਿਹਾ, ਉਹਦੇ ਕੀ ਕਾਰਨ ਹੈ। ਆਲਰੇਡੀ ਆਈ ਹੈਵ ਟੋਲਡ ਯੂ ਕਿ ਜਿਵੇਂ ਪਾਪੂਲੇਸ਼ਨ ਵੱਧ ਰਹੀ ਹੈ, ਗਲੋਬਲ ਵਾਰਮਿੰਗ ਬਹੁਤ ਵੱਧ ਰਹੀ ਹੈ, ਜਿਹਦੇ ਨਾਲ ਬਹੁਤ ਸਾਰੇ ਇਸ਼ੂਜ਼ ਕ੍ਰੀਏਟ ਹੋ ਰਹੇ ਹੈ। ਤਾਂ ਕੁਛ ਲੋਕ ਕਹਿੰਦੇ ਕਿ ਡਿਵੈਲਪਡ ਕੰਟਰੀਜ਼ ਦੀ ਇਹ ਜ਼ਿੰਮੇਵਾਰੀ ਹੈ ਕਿ ਕਲਾਈਮੇਟ ਚੇਂਜ 'ਤੇ ਕੰਟਰੋਲ ਕਰੇ, ਉਹਨੂੰ ਸਾਹਮਣਾ ਕਰੇ। ਕੁਛ ਲੋਕ ਕਹਿੰਦੇ ਇਕੱਲੀਆਂ ਡਿਵੈਲਪਡ ਕੰਟਰੀਜ਼ ਹੀ ਕਿਉਂ, ਸਾਰੀ ਕੰਟਰੀਜ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਇਨਵਾਇਰਮੈਂਟ ਹੈ ਉਹਨੂੰ ਸੁਰੱਖਿਅਤ ਕਿਵੇਂ ਕੀਤਾ ਜਾ ਸਕਦਾ ਹੈ। ਤਾਂ ਅਸੀਂ ਇਹਦੇ 'ਚ 3 ਬੋਡੀ ਪੈਰਾਗ੍ਰਾਫਸ ਬਣਾਵਾਂਗੇ। ਸਭ ਤੋਂ ਪਹਿਲਾਂ ਇੰਟਰੋ ਲਿਖਾਂਗੇ, ਫਿਰ ਅਸੀਂ ਲਿਖਾਂਗੇ ਕਿ ਕਲਾਈਮੇਟ ਚੇਂਜ ਕਿੱਦਾਂ ਹੋ ਰਿਹਾ, ਉਹਦਾ ਇੱਕ ਪੈਰਾ ਬਣਾਵਾਂਗੇ। ਦੂਸਰਾ ਬੋਡੀ ਪੈਰਾਗ੍ਰਾਫ ਅਸੀਂ ਬਣਾਵਾਂਗੇ ਫਾਰਮਰ ਵਿਊ, ਫਸਟ ਵਿਊ, ਜਿਹੜੇ ਲੋਕ ਕਹਿੰਦੇ ਨੇ ਕਿ ਡਿਵੈਲਪਡ ਕੰਟਰੀਜ਼ ਦੀ ਰਿਸਪੋਂਸੀਬਿਲਿਟੀ ਕਿਉਂ, ਉਹਨਾਂ ਦੀ ਰਿਸਪੋਂਸੀਬਿਲਿਟੀ ਹੋਣੀ ਚਾਹੀਦੀ ਹੈ, ਉਹਨਾਂ ਬਾਰੇ ਅਸੀਂ ਆਪਣਾ ਵਿਊ ਦੇਵਾਂਗੇ। ਥਰਡ ਬੋਡੀ ਪੈਰਾਗ੍ਰਾਫ 'ਚ ਅਸੀਂ ਲਿਖਾਂਗੇ ਕਿ ਸਾਰੀ ਹੀ ਕੰਟਰੀਜ਼ ਦੇ ਮਤਲਬ ਕਿ ਰਿਸਪੋਂਸੀਬਿਲਿਟੀ ਬਣਦੀ ਹੈ। ਐਂਡ 'ਤੇ ਅਸੀਂ ਲਿਖਾਂਗੇ ਕੰਕਲੂਜਨ। ਬੋਡੀ ਪੈਰਾਗ੍ਰਾਫ 1 ਅਸੀਂ ਸਟਾਰਟ ਕੀਤਾ ਲਿੰਕਰ ਤੋਂ, ਟੂ ਕਮੈਂਸ ਵਿਦ, ਕਮੈਂਸ ਦਾ ਮਤਲਬ ਹੁੰਦਾ ਸ਼ੁਰੂਆਤ ਕਰਨਾ, ਟੂ ਕਮੈਂਸ ਵਿਦ ਕੋਮਾ, ਜਦੋਂ ਵੀ ਲਿੰਕਰ ਲਗਾਉਣਾ ਹੈ ਕੋਮਾ ਜ਼ਰੂਰ, ਪੰਕਚੁਏਸ਼ਨ ਦਾ ਸਾਰੇ ਟਾਸਕ 'ਚ ਧਿਆਨ ਰੱਖਣਾ ਹੈ। ਥੈਂਕਸ ਟੂ ਗਲੋਬਲ ਵਾਰਮਿੰਗ, ਤੁਸੀਂ ਥੈਂਕਸ ਟੂ ਦੀ ਜਗ੍ਹਾ 'ਤੇ ਡਿਊ ਟੂ ਲਿਖ ਸਕਦੇ ਹੋ, ਓਇੰਗ ਟੂ ਲਿਖ ਸਕਦੇ ਹੋ, ਬਿਕੋਜ਼ ਆਫ ਲਿਖ ਸਕਦੇ ਹੋ। ਯਾਦ ਰੱਖਣਾ ਜਦੋਂ ਵੀ ਤੁਸੀਂ ਥੈਂਕਸ ਟੂ ਯੂਜ਼ ਕਰੋਗੇ ਤਾਂ ਇਹਦਾ ਮਤਲਬ ਧੰਨਵਾਦ ਨਹੀਂ ਹੈ, ਇਹਦਾ ਮਤਲਬ ਹੁੰਦਾ ਦੇ ਕਰਕੇ। ਉੱਪਰ ਮੈਂ ਹਿੰਦੀ 'ਚ ਸੋਰੀ ਪੰਜਾਬੀ ਦੇ ਵਿੱਚ ਇਹਦੇ ਮੀਨਿੰਗਸ ਵੀ ਕਲੀਅਰ ਕੀਤੇ ਹੋਏ ਹੈ ਵਿਦ ਗ੍ਰੀਨ ਮਾਰਕਰ। ਜਦੋਂ ਵੀ ਥੈਂਕਸ ਟੂ ਤੁਸੀਂ ਯੂਜ਼ ਕਰਨਾ ਹੈ ਜਿਸ ਚੀਜ਼ ਦੀ ਗੱਲ ਕਰ ਰਹੇ ਹੋ, ਜਿਵੇਂ ਇੱਥੇ ਗਲੋਬਲ ਵਾਰਮਿੰਗ ਦੀ ਗੱਲ ਹੋ ਰਹੀ ਹੈ, ਉਸ ਤੋਂ ਬਾਅਦ ਵੀ ਕੋਮਾ ਜ਼ਰੂਰ ਆਏਗਾ। ਥੈਂਕਸ ਟੂ ਗਲੋਬਲ ਵਾਰਮਿੰਗ, ਗਲੋਬਲ ਵਾਰਮਿੰਗ ਦੇ ਕਰਕੇ ਦੀ ਕਲਾਈਮੇਟ ਇਜ਼ ਗੈਟਿੰਗ ਗ੍ਰਿਮਰ ਬਾਏ ਡੇ ਐਂਡ ਏਜ। ਗ੍ਰਿਮ ਦਾ ਮਤਲਬ ਗੰਭੀਰ ਹੁੰਦਾ ਹੈ, ਗੈਟਿੰਗ ਗ੍ਰਿਮਰ ਦਾ ਮਤਲਬ ਗੰਭੀਰ ਹੁੰਦਾ ਜਾ ਰਿਹਾ ਦਿਨੋ ਦਿਨ। ਇੱਕ ਤਾਂ ਹੁੰਦਾ ਡੇ ਬਾਏ ਡੇ, ਇੱਕ ਹੁੰਦਾ ਬਾਏ ਡੇ ਐਂਡ ਏਜ। ਤੁਸੀਂ ਉਹ ਵਰਡਸ ਲਿਖਣੇ ਆ ਜੋ ਤੁਹਾਨੂੰ ਯਾਦ ਰਹਿ ਜਾਣ ਔਰ ਤੁਸੀਂ ਪੇਪਰ ਦੇ ਵਿੱਚ ਇਗਜ਼ਾਮ ਦੇ ਵਿੱਚ ਗਲਤ ਨਾ ਕਰੋ। ਦੈਰਫੋਰ, ਇਸ ਕਰਕੇ, ਮੈਨੀ ਥਿੰਗਸ ਆਰ ਰਿਸਪੋਂਸੀਬਲ ਫੋਰ ਗਲੋਬਲ ਵਾਰਮਿੰਗ, ਬਹੁਤ ਸਾਰੀਆਂ ਚੀਜ਼ਾਂ ਜ਼ਿੰਮੇਵਾਰ ਨੇ ਗਲੋਬਲ ਵਾਰਮਿੰਗ ਦੇ ਲਈ, ਸੱਚ ਐਜ਼ ਜਿਵੇਂ ਕਿ ਗ੍ਰੀਨ ਹਾਊਸ ਗੈਸਿਸ, ਕਾਰਬਨ ਡਾਈਆਕਸਾਈਡ, ਮਿਥੇਨ ਐਂਡ ਨਾਈਟਰਸ ਆਕਸਾਈਡ। ਇਹ ਸਾਰੀਆਂ ਗੈਸਿਸ ਹੈ ਜਿਹੜੀਆਂ ਗਲੋਬਲ ਵਾਰਮਿੰਗ ਦੇ ਲਈ ਜ਼ਿੰਮੇਵਾਰ ਹੈ। ਨੈਕਸਟ ਲਾਈਨ ਲਿਖੀ ਹੈ, ਪਾਪੂਲੇਸ਼ਨ ਇਜ਼ ਆਲਸੋ ਬਰਜਨਿੰਗ ਡੇ ਬਾਏ ਡੇ, ਪਾਪੂਲੇਸ਼ਨ ਵੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਤੁਸੀਂ ਬਰਜਨਿੰਗ ਦੀ ਜਗ੍ਹਾ 'ਤੇ ਸਵੈਲਿੰਗ ਅਪ ਲਿਖ ਸਕਦੇ ਹੋ, ਰਾਈਟ, ਮਸ਼ਰੂਮਿੰਗ ਲਿਖ ਸਕਦੇ ਹੋ, ਤੇਜ਼ੀ ਨਾਲ ਵੱਧ ਰਹੀ ਹੈ ਪਾਪੂਲੇਸ਼ਨ। ਮੋਰ ਸੋ, ਇਸ ਤੋਂ ਇਲਾਵਾ, ਟ੍ਰੀਜ਼ ਆਰ ਬੀਂਗ ਕੱਟ ਰੈਕਲੈਸਲੀ, ਆਰ ਦੇ ਨਾਲ ਬੀਂਗ ਪੈਸਿਵ ਲੱਗਿਆ ਹੋਇਆ, ਇਹ ਪ੍ਰੈਜੈਂਟ ਕੰਟੀਨਿਊਸ ਦਾ ਪੈਸਿਵ ਹੈ। ਆਲਰੇਡੀ ਮੈਂ ਪ੍ਰੀਵੀਅਸ ਵੀਡੀਓ 'ਚ ਇਹ ਦੱਸ ਚੁੱਕੀ ਹਾਂ ਕਿ ਕਿਹੜਾ ਟੈਂਸ ਕਿਵੇਂ ਯੂਜ਼ ਕਰਨਾ ਸੈਂਟੈਂਸ ਬਣਾਉਣ ਦੇ ਲਈ, ਰਾਈਟ। ਜਿਹੜੇ ਟ੍ਰੀਜ਼ ਹੈ ਉਹਨਾਂ ਨੂੰ ਅੰਨੇਵਾਹ ਕੱਟਿਆ ਜਾ ਰਿਹਾ, ਐਂਡ ਵਹੀਕਲਸ ਆਰ ਪਲਾਇੰਗ ਔਨ ਦਾ ਰੋਡ ਇਜ਼ ਇਨਕਰੀਜ਼ਿੰਗ। ਦੇਖੋ PLY, ਪਲਾਈ, ਇਹਦਾ ਮਤਲਬ ਹੁੰਦਾ ਚੱਲਣਾ, ਸੜਕ 'ਤੇ ਚੱਲਣਾ। ਜੋ ਵਹੀਕਲਸ ਸੜਕਾਂ 'ਤੇ ਚੱਲ ਰਹੇ ਉਹ ਵੀ ਵੱਧ ਰਹੇ ਹੈ, ਵਿੱਚ ਪੰਪ ਆਊਟ ਓਬਨੋਕਸ਼ੀਅਸ ਗੈਸਿਸ, ਜੋ ਕੀ ਛੱਡਦੇ ਹੈ, ਕੀ ਪੰਪ ਆਊਟ ਕਰਦੇ ਹੈ, ਹਾਨੀਕਾਰਕ ਗੈਸਾਂ। ਜੇ ਤੁਸੀਂ ਇੱਥੇ ਓਬਨੋਕਸ਼ੀਅਸ ਨਹੀਂ ਲਿਖਣਾ, ਤੁਸੀਂ ਇੱਥੇ ਡੈਟਰੀਮੈਂਟਲ ਵੀ ਲਿਖ ਸਕਦੇ ਹੋ, ਰਾਈਟ।
बिसाइड्स दिस, इस तो इलावा एयर कंडीशन्स एंड रेफ्रिजरेटर्स रिलीज CFCs, क्लोरोफ्लोरोकार्ब्स। एक ही छड़ते एयर कंडीशन ते रेफ्रिजरेटर क्लोरोफ्लोरोकार्ब्स। इस करके इतने फुल स्टॉप, इस तो बाद इस करके इट डिप्लीट्स द ओजोन लेयर। ओजोन लेयर की होंगी जा रही है, डिप्लीट होंगी जा रही है, विच मे लीड टू सीरीज रेपरकशंस, जिहड़ी की कारण बन रही है गंभीर नतीजे जिहदे निकल रहे ने। गॉट इट। ये असी बनाया बॉडी पैराग्राफ कि सब तो पहले क्लाइमेट चेंज क्यों हो रहा है, उदे लिए आपां ये चीज़ा मैनशन कीतियां ने। हुण असी सैकेंड बॉडी पैराग्राफ बना जा रहे हैं, जिहदे विच असी फॉर्मर व्यू का जिक्र करांगे। बॉडी पैराग्राफ थ्री दे विच असी लैटर व्यू, सैकेंड व्यू की गल करांगे। फॉर्मर व्यू आपां स्टार्ट कीता लिंकर नाल। ऑन दी वन हैंड, एक पासे, सम डवैलर्स रैकन दैट, डवैलर्स मीनस लोग, रैकन हुंदा मनना, मीनस कुछ लोग की मनते हैं कि बिलीव करते हैं, दैट डिवेलप्ड नेशनस हैव द ऑनर्स टू फाइट विद क्लाइमेट चेंज, कि जिहड़ियां कंट्रीज ऑलरेडी डिवेलप्ड ने उन्हां दी जिम्मेवारी बनती है कि वह सामना करन क्लाइमेट चेंज के नाल, बिकॉज दे हैव गुड इकोनमी टू सॉल्व इट, क्योंकि डिवेलप्ड है तो उन्हां कोले इकोनमी भी अच्छी होएगी, मीनस फाइनेंशियल बहुत स्ट्रोंग होंगे। मोर ओवर एडवांस्ड रीजन्स शुड मोटिवेट अंडर डिवेलपिंग कंट्रीज टू सेव द फ्यूल एंड अडोप्ट सच वेज विच कैनॉट बी डेट्रीमेंटल फॉर द इनवायरमेंट, मीनस जी एडवांस जोड़े रीजनस है कि इन्हों क्या डिवेलप कंट्रीज़ में उन्होंने मोटिवेट करना चाहिए उन्होंने कंट्रीज़ में जो हजे डिवेलप कर रही ने यह जे वे न कि वह फ्यूल न सेव कर जोड़े कि इनवायरमेंट के लिए नुकसानदायक ना हो। नोट ओनली दैट, सिर्फ यही नहीं, इंडस्ट्रियलाइज्ड कंट्रीज़, ये भी डिवेलप्ड कंट्रीज़ का सिनोनिम है, जिहड़ियां इंडस्ट्रियलाइज्ड कंट्रीज़ है वो अवेयर कर सकदियां ने, कैन अवेयर डिवेलपिंग कंट्रीज़ थ्रू मीडिया एंड बाय ऑर्गेनाइजिंग सैमिनार्स, कि जिहड़ियां डिवेलप्ड कंट्रीज़ है, इंडस्ट्रियलाइज्ड कंट्रीज़ है, वो अवेयर कर सकदियां डिवेलपिंग कंट्रीज़ नूं मीडिया दे थ्रू, मीनस एडवर्टीजमेंट्स वगैरह दे के या सैमिनार्स ऑर्गेनाइज करके। लैटर व्यू की है। ऑन दी अदर हैंड, दूजे पासे, इनहैबिटेंट्स हू से ऑल रीजनस शुड कम फॉरवर्ड टू कर्व द प्रॉब्लम ऑफ क्लाइमेट चेंज, कहते हू से ऑल रीजनस शुड कम फॉर, ओह लोग इनहैबिटेंट्स, ओह लोग जो कहते कि सारे रीजनस नूं अगे आना चाहिए टू कर्व द प्रॉब्लम, प्रॉब्लम ते काबू पाउन लई, केड़ी प्रॉब्लम, क्लाइमेट चेंज, बिकॉज ऑल द मीनस एंड सोर्सेज आर प्रोवाइडेड टू दैम बाय द गवर्नमेंट, क्योंकि गवर्नमेंट ने सारिआं नूं साधन प्रोवाइड किए हुए हैं, इस करके सारी कंट्रीज़ नूं अगे आना चाहिए कि क्लाइमेट चेंज वर्गियां प्रॉब्लम्स ते काबू पाया जा सके। थ्रू कैंपेन्स, कैंपेन हुंदा मुहिम, कोई मुहिम चलाई गई होवे, कैंपेन्स दे जरिए एवरी कंट्री शुड बी इंस्पायर्ड, हर कंट्री नूं इंस्पायर किया जा सकता है टू सेव द इनवायरमेंट, क्यों इनवायरमेंट नूं सेव करन, लाइक रिड्यूसिंग एमिशन फ्रॉम इंडस्ट्रीज, जड़ा इन्ना सारा एमिशन जो इन्ना सारा एमिट हुंदा छड़िया जांदा है इंडस्ट्री वालों पोल्यूशन उनू घट किया जा सके, यूजिंग पब्लिक ट्रांसपोर्ट मोर एंड मोटिवेट दैम फॉर अफ्रस्ट्रेशन, लोगों को मोटिवेट किया जा सकता है कि पब्लिक ट्रांसपोर्ट ज़्यादा तो ज़्यादा यूज़ करो, तो लोगों को मोटिवेट किया जा सकता है कि वह डिफोरेस्टेशन की जगह जंगल वगैरह ना कट के, दरखत ना कट के, अफरेस्टेशन मीनस दोबारा तो पौधे लगवा, टू कैपिटल इन सारिया गलों तो उपर, अथॉरिटीज़ मस्ट सैट सम एग्जाम्पल्स, मस्ट हों जरूर अथॉरिटीज़ या गवर्नमेंट नू जरूर कुछ एग्जाम्पल्स देनिया चाहिए हैं टू मल्टीट्यूड्स लोगों अबाउट द ग्रेव कॉन्सीक्वेंसिज, गंभीर सिट्टियां बारे, बाय नॉट प्रोटेक्टिंग द इनवायरमेंट, कि जे लोग इनवायरमेंट नू प्रोटेक्ट नहीं करनगे तां कि उहदे गंभीर सिट्टे निकल सकते हैं, इहदियां एग्जाम्पल्स जिहड़ियां है गवर्नमेंट नू या अथॉरिटीज़ नू लोगों नू देनिया चाहिए हैं। यह सीगा साडा लैटर यानी कि सैकेंड व्यू, जिहदे च लोगों ने कहा कि सारे ही रीजनस की जिम्मेवारी पाती है कि वह क्लाइमेट चेंज वर्गियां प्रॉब्लम्स नू सामना करन। कंकलूजन है, रैपिंग अप, आफ्टर हैशिंग आउट बोथ द व्यूज़, हैश आउट का मतलब हुंदा डिस्कस करना, दोनों व्यूज़ डिस्कस करन तो बाद, कोमा, आई फर्मली बिलीव दैट, मैं स्ट्रोंगली इस चीज़ से बिलीव करता हाँ या करती हाँ कि एवरी कंट्री शुड बी अकाउंटेबल फॉर देयर ड्यूटीज़ टू टेक एक्शन फॉर सेविंग इनवायरमेंट विद द एड ऑफ गवर्नमेंट एंड मीडिया, कि हर कंट्री नू अगे आना चाहिए, हर कंट्री अकाउंटेबल है अपनी अपनी जिम्मेवारी नू लैके कि वो एक्शन लैन
कि इनवायरमेंट नू सेव किया जा सके कि दी हेल्प दे नाल गवर्नमेंट ते मीडिया दी हेल्प नाल। तो यही सी अपना टॉपिक अज इनवायरमेंट के उपर। तुसी आइडियाज़ लैके अपना भी व्यूज जिहड़े हैं अपनी आइडियाज़ या एग्जाम्पल तुसी सैट कर सकते हो। थैंक यू।